ਜੈ ਹਿੰਦ, ਜੈ ਸ਼੍ਰੀ ਰਾਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਅੱਜ ਅਸੀਂ ਜਿਹੜਾ ਕਿ ਸਾਡੇ ਦੇਸ਼ 'ਤੇ, ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਦੇਸ਼ 'ਤੇ ਸਾਡੇ ਜਿਹੜੀ ਇੱਕ ਆਪਦਾ ਆ ਗਈ ਹੈ, ਅਸੀਂ ਆਪਣੇ ਸਾਰੇ ਰਲ ਕੇ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਸਾਥ ਦਈਏ ਕਿ ਜਿਹੜੀ ਇਹ ਜੰਗ ਹੈਗੀ ਆ, ਇਹ ਮਹਾਂਮਾਰੀ ਦੇ ਖਿਲਾਫ ਜੰਗ ਆ, ਉਹਨੂੰ ਅਸੀਂ ਜਿੱਤ ਸਕੀਏ। ਉਹ ਦੋਸਤੋ, ਅਸੀਂ ਤਾਂ ਹੀ ਜਿੱਤ ਸਕਾਂਗੇ ਕਿ ਜੇ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਸਾਥ ਦਿਓਗੇ। ਉਹਨਾਂ ਦੀ ਅਪੀਲ ਹੈ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ। ਦੇਖੋ, ਤੁਸੀਂ ਆਪਾਂ ਰੋਜ਼ ਨਿਊਜ਼ ਚੈਨਲਾਂ 'ਤੇ ਖਬਰਾਂ ਸੁਣਦੇ ਹਾਂ ਕਿ ਇਟਲੀ ਦੇ ਵਿੱਚ ਜਿਹੜਾ ਹੈਲਥ ਨੰਬਰ 'ਤੇ ਦੂਜੇ ਨੰਬਰ 'ਤੇ ਆ, ਉਹਦੇ ਵਿੱਚ ਕਿੱਡੀ ਮਹਾਂਮਾਰੀ ਫੈਲੀ ਹੋਈ ਆ ਕਿ ਇਟਲੀ ਦੇ ਪ੍ਰਧਾਨ ਮੰਤਰੀ ਦੇ ਹੱਥ ਖੜ੍ਹੇ ਹੋ ਗਏ ਆ, ਉਹਨੇ ਰੱਬ ਦੇ ਸਹਾਰੇ ਛੱਡ ਦਿੱਤਾ। ਉਹਨਾਂ ਦੀ ਇੱਕ ਗਲਤੀ ਦੇ ਕਰਕੇ ਕਿ ਉਹਨਾਂ ਨੇ ਲੋਕਡਾਊਨ ਨਹੀਂ ਕੀਤਾ ਸੀ। ਲੋਕਡਾਊਨ ਕਰਨ ਤੋਂ ਬਾਅਦ ਵੀ ਲੋਕ ਜਿਹੜੇ ਆਪਣੇ ਪਾਰਟੀਆਂ ਕਰਦੇ ਰਹੇ, ਆਪਣੇ ਘੁੰਮਦੇ ਫਿਰਦੇ। ਦੋਸਤੋ, ਅਸੀਂ ਤੁਹਾਨੂੰ ਸਾਰਿਆਂ ਨੂੰ ਇੱਕ ਅਪੀਲ ਕਰਨੀ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਪਰਿਵਾਰਾਂ ਨੂੰ ਲੈ ਕੇ ਆਪਣੇ ਪਰਿਵਾਰਾਂ ਦੇ ਵਿੱਚ, ਆਪਣੇ ਘਰ ਦੇ ਵਿੱਚ ਰਹੋ। ਦੋਸਤੋ, ਤੁਹਾਡਾ ਪਰਿਵਾਰ ਜੇ ਅਗਰ ਸਿਹਤਮੰਦ ਰਹੇਗਾ ਤਾਂ ਤੁਸੀਂ ਇਸ ਦੁਨੀਆਂ ਦੇ ਵਿੱਚ ਸਿਹਤਮੰਦ ਰਹੋਗੇ। ਤੁਸੀਂ ਤੋਂ ਤੁਹਾਡਾ ਪਰਿਵਾਰ ਤੁਹਾਨੂੰ ਪਹਿਲਾਂ, ਸਾਨੂੰ ਨਾਲ ਤੁਹਾਨੂੰ ਦੇਸ਼, ਤੁਸੀਂ ਦੇਸ਼ ਲਈ ਇਹ ਜਿਹੜਾ ਪੁੱਟਿਆ ਕਦਮ ਆ, ਇਹਦੇ ਵਿੱਚ ਆਪਣੇ ਯੋਗਦਾਨ ਪਾਓ ਤਾਂ ਕਿ ਅਸੀਂ ਜਿਹੜੇ ਆਪਣੇ ਇਹ ਆਪਦਾ ਨੂੰ ਆ, ਸਾਡੇ ਪ੍ਰਧਾਨ ਮੰਤਰੀ ਜੀ ਜਿਹੜੇ ਤੁਹਾਡੇ ਨਾਲ ਰਲ ਕੇ ਉਪਰਾਲਾ ਕਰ ਰਹੇ, ਅਸੀਂ ਇਹ ਜੰਗ ਨੂੰ ਜਿੱਤ ਸਕੀਏ। ਨੰਬਰ 2, ਅਸੀਂ ਭਾਰਤੀ ਜਨਤਾ ਪਾਰਟੀ ਅਤੇ ਹਿੰਦੂ ਜਾਗਰਤੀ ਮੰਚ ਪੰਜਾਬ ਵੱਲੋਂ ਇੱਕ ਅਪੀਲ ਕਰਨੀ ਚਾਹੁੰਦੇ ਹਾਂ ਕਿ ਇਸ ਆਪਦਾ ਦੀ ਘੜੀ ਦੇ ਵਿੱਚ ਨਕੋਦਰ ਸ਼ਹਿਰ ਦੇ ਵਿੱਚ, ਲਾਂਬੜੇ ਦੇ ਵਿੱਚ ਅਤੇ ਹੋਰ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਹਿੰਦੂ ਜਾਗਰਤੀ ਮੰਚ ਦੇ ਅਤੇ ਭਾਰਤੀ ਜਨਤਾ ਪਾਰਟੀ ਬੈਠੀ ਆ, ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਆਲੇ ਦੁਆਲੇ ਦੇ ਉਹ ਪਰਿਵਾਰਾਂ ਨੂੰ ਦੇਖੋ ਕਿ ਜਿਨ੍ਹਾਂ ਨੂੰ ਇਸ ਆਪਦਾ ਦੀ ਘੜੀ ਦੇ ਵਿੱਚ ਰਾਸ਼ਨ ਰੋਟੀ ਦੀ ਕਿੱਥੇ ਜ਼ਰੂਰਤ ਹੈ, ਜਿਹੜਾ ਜ਼ਰੂਰਤਮੰਦ ਪਰਿਵਾਰ ਹੈ। ਤਾਂ ਦੋਸਤੋ, ਅਸੀਂ ਇੱਥੇ, ਮੈਂ ਅਤੇ ਮੇਰੇ ਨਾਲ ਗੌਰਵ ਗੁਪਤਾ ਜੀ, ਅਸੀਂ ਦੋਨੇ ਇੱਕ ਅਪੀਲ ਕਰਨੀ ਚਾਹੁੰਦੇ ਹਾਂ ਕਿ ਨਕੋਦਰ ਸ਼ਹਿਰ ਦੇ ਵਿੱਚ ਅਗਰ ਕਿਸੇ ਨੂੰ ਰਾਸ਼ਨ ਦੀ, ਆਟੇ ਦੀ, ਕਿਸੇ ਚੀਜ਼ ਦੀ ਜ਼ਰੂਰਤ ਆ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ। ਮੇਰਾ ਨੰਬਰ ਹੈਗਾ ਅਜੇ ਵਰਮਾ, 80545-00270, ਅਤੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਦਰਸ਼ਨ ਸੋਪਤੀ ਜੀ ਸ਼ਾਹਕੋਟ ਦੇ ਵਿੱਚ ਬੈਠੇ ਆ, ਤੁਸੀਂ ਉਹਨਾਂ ਨਾਲ ਵੀ ਸੰਪਰਕ ਕਰ ਸਕਦੇ ਆ। ਸੰਜੇ ਮੈਸਨ ਜੀ, ਨਕੋਦਰ ਤੋਂ ਸੋਮਨਾਥ ਗੋਪਾਲ ਜੀ, ਲਾਲ ਸਿੰਘ ਜੀ, ਗੌਰਵ ਜੀ, ਅਸੀਂ ਨਾਲ ਹੀ ਨਾਲ ਆਪਣੇ ਹਿੰਦੂ ਜਾਗਰਤੀ ਮੰਚ ਦੇ ਪ੍ਰਧਾਨ ਰਾਸ਼ਟਰੀ ਅਧਿਅਕਸ਼ ਮਨਦੀਪ ਬਖਸ਼ੀ ਜੀ, ਪੰਜਾਬ ਦੇ ਅਧਿਅਕਸ਼ ਨਿਕਸ਼ਨ ਕੁਮਾਰ ਜੀ ਵੱਲੋਂ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਸਾਨੂੰ ਵੀ ਜਿੱਥੇ ਮਰਜ਼ੀ ਤੁਸੀਂ ਸਾਨੂੰ ਇਹ ਆਪਦਾ ਦੀ ਘੜੀ ਦੇ ਵਿੱਚ, ਅਸੀਂ ਦੇਸ਼ ਅਤੇ ਸਮਾਜ ਦੀ ਸੇਵਾ ਕਰਨ ਲਈ ਹਮੇਸ਼ਾ ਤਤਪਰ ਹਾਂ, ਕਿ ਤੁਸੀਂ ਸਾਨੂੰ ਯਾਦ ਕਰ ਸਕਦੇ ਹਾਂ। ਮੇਰੇ ਨਾਲ ਹੁਣ ਗੌਰਵ ਗੁਪਤਾ ਜੀ ਤੁਹਾਨੂੰ ਦੋ ਸ਼ਬਦ ਕਹੋਗੇ, ਅਪੀਲ ਕਰੋ। ਜੈ ਸ਼੍ਰੀ ਰਾਮ। ਮੇਰੀ ਸਾਰਿਆਂ ਅੱਗੇ ਹੱਥ ਜੋੜ ਕੇ ਇਹੀ ਬੇਨਤੀ ਆ ਕਿ ਪ੍ਰਸ਼ਾਸਨ ਦਾ ਸਾਥ ਦਿਓ, ਇਸ ਬਿਮਾਰੀ ਤੋਂ ਬਚ ਕੇ ਰਹੋ, ਆਪਣੇ ਘਰਾਂ ਦੇ ਅੰਦਰ ਰਹੋ, ਬਾਕੀ ਜੇ ਕਿਸੇ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਆ ਸਾਡੇ ਨਾਲ ਸੰਪਰਕ ਕਰੋ, ਅਸੀਂ ਪੁਲਿਸ ਪ੍ਰਸ਼ਾਸਨ ਦੀ ਹੈਲਪ ਲੈ ਕੇ ਤੁਹਾਡੇ ਘਰ ਤੱਕ ਸਮਾਨ ਪਹੁੰਚਾਵਾਂਗੇ। ਇਹ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਅਤੇ ਆਪਣੇ ਘਰ ਦੇ ਅੰਦਰ ਹੀ ਰਹੋ। ਮੇਰਾ ਨੰਬਰ ਹੈਗਾ ਆ 7699007183, ਮੈਨੂੰ ਕਾਲ ਕਰੋ, ਮੈਂ ਪੁਲਿਸ ਪ੍ਰਸ਼ਾਸਨ ਦੀ ਹੈਲਪ ਨਾਲ ਤੁਹਾਡੇ ਘਰ ਸਮਾਨ ਪਹੁੰਚਦਾ ਜ਼ਰੂਰ ਕਰੂੰਗਾ। ਧੰਨਵਾਦ। ਦੋਸਤੋ, ਇੱਥੇ ਮੈਂ ਇੱਕ ਚੀਜ਼ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਅਸੀਂ ਰਾਸ਼ਨ ਆ ਜਾਂ ਕੋਈ ਵੀ ਤੁਹਾਨੂੰ ਚੀਜ਼ ਹੈਗੀ ਆ,
ਅਸੀਂ ਇੱਥੇ ਤੱਕ ਅਹਤਿਆਤ ਵਰਤਦੇ ਹੋਏ ਪੁਲਿਸ ਪ੍ਰਸ਼ਾਸਨ ਐਡਮਿਨਿਸਟ੍ਰੇਸ਼ਨ ਦੇ ਥਰੂ ਅਸੀਂ ਉਹਨਾਂ ਨੂੰ ਇਹ ਜਮ੍ਹਾਂ ਕਰਾ ਦੇਵਾਂਗੇ ਅਤੇ ਅਸੀਂ ਤੁਸੀਂ ਸਾਨੂੰ ਕਾਲ ਕਰੋਗੇ, ਅਸੀਂ ਉਹਨਾਂ ਨੂੰ ਤੁਹਾਡੀ ਲਿਸਟ ਭੇਜਾਂਗੇ ਇਹਨਾਂ ਨੂੰ ਜ਼ਰੂਰਤ ਆ, ਅਤੇ ਸਾਨੂੰ ਉਮੀਦ ਆ ਕਿ ਜ਼ਰੂਰ ਤੁਹਾਡੇ ਘਰਾਂ ਦੇ ਵਿੱਚ ਉਹ ਰਾਸ਼ਨ ਪਹੁੰਚੇਗਾ। ਇਹਦੇ ਨਾਲ ਹੀ ਅਸੀਂ ਸਾਡਾ ਜਿਹੜਾ ਲੋਕਲ ਐਡਮਿਨਿਸਟ੍ਰੇਸ਼ਨ ਆ, ਪੰਜਾਬ ਪੁਲਿਸ ਆ, ਡਾਕਟਰ ਸਾਹਿਬਾਨ ਆ, ਸਾਰਿਆਂ ਨੂੰ ਸਾਡਾ ਹੱਥ ਜੋੜ ਕੇ ਨਮਨ ਆ ਕਿ ਜਿਹੜੇ ਇਸ ਆਪਦਾ ਦੀ ਘੜੀ ਦੇ ਵਿੱਚ ਆਪਣੇ ਪਰਿਵਾਰਾਂ ਨੂੰ ਛੱਡ ਕੇ ਤੁਹਾਡੀ ਸੇਵਾ ਦੇ ਵਿੱਚ ਦਿਨ ਰਾਤ ਇੱਕ ਲੱਗੇ ਹੋਏ। ਤਾਂ ਸਾਡੀ ਅਪੀਲ ਆ, ਉਹਨਾਂ ਦਾ ਸਾਥ ਦਿਓ, ਆਪਣੇ ਘਰਾਂ 'ਚ ਰਹੋ। ਸਾਡੇ ਮੁੱਖ ਮੰਤਰੀ ਪੰਜਾਬ ਜਿਹੜੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਉਪਰਾਲੇ ਕੀਤੇ ਆ ਗਰੀਬਾਂ ਲਈ, ਹੋਰ ਜਿਹੜਾ ਕਰਫਿਊ ਦਾ ਆਰਡਰ ਕੀਤਾ ਇਹ ਤੁਹਾਡੀ ਸਿਹਤ ਦੇ ਲਈ ਕੀਤਾ ਉਹਨਾਂ ਨੇ ਕਿ ਤੁਸੀਂ ਸੁਰੱਖਿਅਤ ਰਹੋਗੇ ਤਾਂ ਸਾਡਾ ਸਮਾਜ ਸੁਰੱਖਿਅਤ ਹੋਊਗਾ। ਅਸੀਂ ਪੰਜਾਬ ਲਈ, ਆਪਣੇ ਸ਼ਹਿਰ ਲਈ, ਆਪਣੇ ਹਿੰਦੁਸਤਾਨ ਲਈ, ਆਪਣੇ ਸ਼੍ਰੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਅਸੀਂ ਸਾਥ ਦਈਏ, ਆਪਣੇ ਸਟੇਟ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਸਾਥ ਦਈਏ, ਆਪਣੇ ਪੁਲਿਸ ਪ੍ਰਸ਼ਾਸਨ ਦਾ, ਆਪਣੇ ਐਡਮਿਨਿਸਟ੍ਰੇਸ਼ਨ ਦਾ ਸਾਥ ਦਈਏ ਤਾਂ ਕਿ ਉਹ ਸਾਨੂੰ ਇਸ ਦੁੱਖ ਦੀ ਘੜੀ ਤੋਂ, ਆਪਦਾ ਦੀ ਘੜੀ ਦੇ ਵਿੱਚੋਂ ਸੁਰੱਖਿਅਤ ਸਾਨੂੰ ਕੱਢ ਸਕਣ। ਅਤੇ ਆਪਣੇ ਘਰ ਰਹੋ, ਤੰਦਰੁਸਤ ਰਹੋ। ਜੈ ਸ਼੍ਰੀ ਰਾਮ। ਭਾਰਤ ਮਾਤਾ ਕੀ ਜੈ।